सत श्री अकाल जी सारिआं नूं। अज दी वीडियो च मैं बनाई है कि गुजरात दी डिश है ढोकला। बहुत टेस्टी बनिया है, आपां देखदे की समान लिया ते किद्दां बनाया है इहनूं। सब तो पहला मैं लई है 2 चम्मच शुगर, चम्मच जिहड़ा उपरों प्रेस करके बराबर चम्मच दे, बस उपर तक नहीं भरना हैगा, इन्ने दे हिसाब नाल पाउणा। 1 चम्मच सिट्रिक एसिड आ, नींबू दा सत जिहनूं कहिंदे आ इन्ना क पाया, ते 1 चम्मच ही साल्ट पाया, लूण पाया। थोड़ा जिहा पानी पा के सारी चीज़ां नूं घोल के रख देंगे आपां। थोड़ा जिहा पानी पा के इहनूं एकदम थोड़े जिहे घोल घोलण लई एक साइड ते रख देना आ। इस तों अगे आपां चलदे आं। फिर हुण आपां लवांगे बेसण, 1.5 कप बेसण लिया मैं। इहनूं छान लैणा, क्योंकि छानण दे नाल जिहड़ी गुठली वगैरह उह सारी निकल जूगी जां तां विच्चों, और बेसण वी फ्लफी जिहा हो जांदा एकदम, ते सोहणा ढोकला बणदा आ। इस करके चंगी तरह छाण के इहनूं आपां पाउणा आ, क्योंकि बेसण दे छोटियां छोटियां गट्ठां जिहियां होंदियां ने, फिर आपां नूं बाद च जदों ਆਪਾਂ ਬੈਟਰ ਬਣਾਉਂਦੇ ਹਾਂ ਤਾਂ ਥੋੜ੍ਹੀ ਪ੍ਰੋਬਲਮ ਆਉਂਦੀ ਆ, ਇਸ ਕਰਕੇ ਛਾਣਨਾ ਜ਼ਰੂਰ ਹੈ ਇਹਨੂੰ, ਜਾਂ ਫਿਰ ਤੁਸੀਂ ਮਿਕਸੀ ਵਿੱਚ ਕਰ ਸਕਦੇ ਹੋ, ਬੈਟਰ ਦੀ ਮਿਕਸੀ 'ਚ ਬਣਾ ਲਓ, ਪਰ ਇੱਦਾਂ ਵਧੀਆ ਰਹਿੰਦਾ ਆ। ਚੰਗੀ ਤਰ੍ਹਾਂ ਛਾਣ ਲੂੰਗੀ ਮੈਂ, ਜਿਹੜਾ ਆਲਤੂ ਫਾਲਤੂ ਵਿੱਚੋਂ ਕੱਢ ਲੂੰਗੀ। ਵੀਡੀਓ ਪਲੀਜ਼ ਐਂਡ ਤੱਕ ਦੇਖੋ, ਤਾਂ ਤੁਹਾਨੂੰ ਸਾਰਾ ਪਤਾ ਲੱਗੂ ਕੀ ਵਿੱਚ ਸੀਕਰੇਟਸ ਹੈਗੇ ਇਹਦੇ। ਹੁਣ ਇਹ ਜਿਹੜਾ ਘੋਲ ਬਣਾਇਆ ਹੋਇਆ ਮੈਂ ਵਿੱਚ ਪਾ ਦੂੰਗੀ ਇਹਦੇ, ਬਿਲਕੁਲ ਬਾਜ਼ਾਰ ਵਰਗਾ ਢੋਕਲਾ ਬਣੂਗਾ, ਬਹੁਤ ਟੇਸਟੀ, ਬਹੁਤ ਫਲੱਫੀ ਬਣੂਗਾ, ਬਿਲਕੁਲ ਜਾਲੀਦਾਰ। ਥੋੜ੍ਹਾ ਜਿਹਾ ਪਾਣੀ ਪਾ ਕੇ ਇਹਦੇ ਵਿੱਚ, ਅਤੇ ਤੁਸੀਂ ਧਿਆਨ ਦੇ ਨਾਲ ਬਸ ਬੈਟਰ ਦੀ ਕੰਸਿਸਟੈਂਸੀ ਦੇਖਣੀ ਹੈ ਕਿ ਕਿੱਦਾਂ ਰੱਖਣੀ ਆ, ਉਹ ਧਿਆਨ ਰੱਖਣਾ ਪੂਰਾ, ਨਾ ਬਹੁਤ ਗਾੜਾ ਹੋਣਾ ਚਾਹੀਦਾ ਅਤੇ ਨਾ ਹੀ ਬਹੁਤ ਪਤਲਾ ਹੋਣਾ ਚਾਹੀਦਾ ਆ। 1 ਕੱਪ ਦੇ ਕਰੀਬ ਪਾਣੀ ਹੋਰ ਪਾਉਣਾ ਵਿੱਚ ਆਪਾਂ, ਇਹਦੇ 1/2 ਕੱਪ ਪਹਿਲਾਂ ਪਾਇਆ ਸੀ ਮੈਂ, 1/2 ਕੱਪ 'ਚ ਆਪਾਂ ਘੋਲ ਕੇ ਰੱਖਿਆ ਸੀ ਜਿਹੜਾ ਉਦੋਂ ਪਾਇਆ, 1 ਕੱਪ ਤਕਰੀਬ ਹੋਰ ਪਾਵਾਂਗੇ। ਬਾਕੀ ਹੋਰ ਜੇ ਘੱਟੇ ਹੋ ਜਾਏ ਤੁਸੀਂ ਆਪਣੇ ਹਿਸਾਬ ਨਾਲ ਪਾ ਲੈਣਾ, ਕਈ ਵਾਰੀ ਬੇਸਣ ਜਿਹੜਾ ਹੁੰਦਾ ਜ਼ਿਆਦਾ ਪਾਣੀ ਲੈਂਦਾ, ਕਈ ਵਾਰੀ ਘੱਟ, ਤੋਂ ਬੇਸਣ ਥੋੜ੍ਹਾ ਮੋਟਾ ਪਤਲਾ ਹਿਸਾਬ ਨਾਲ ਹੋ ਜਾਂਦਾ ਆ, ਇਸ ਕਰਕੇ ਹੁੰਦਾ ਆ। ਥੋੜ੍ਹੀ ਜਿਹੀ ਹਲਦੀ ਪਾਉਣੀ, 1 ਪਿੰਚ ਹਲਦੀ ਪਾਈ, ਜ਼ਿਆਦਾ ਨਹੀਂ ਪਾਈ, ਬਹੁਤ ਪੀਲਾ ਪੀਲਾ ਰੰਗ ਹੋ ਜਾਂਦਾ, ਬਾਕੀ ਤੁਹਾਨੂੰ ਪਸੰਦ ਆ ਤਾਂ ਪਾ ਲਓ, ਅਤੇ ਮੈਨੂੰ ਬਹੁਤ ਜ਼ਿਆਦਾ ਪੀਲਾ ਰੰਗ ਪਸੰਦ ਨਹੀਂ ਹੈਗਾ ਢੋਕਲੇ ਦਾ, ਥੋੜ੍ਹਾ ਵਾਈਟਿਸ਼ ਜਿਹਾ ਚੰਗਾ ਲੱਗਦਾ, ਤਾਂ ਕਰਕੇ ਮੈਂ ਥੋੜ੍ਹੀ ਜਲਦੀ ਪਾਈ, 1 ਪਿੰਚ ਪਾਈ ਆ। ਚੰਗੀ ਤਰ੍ਹਾਂ ਇਹਨੂੰ ਘੋਲ ਲੈਣਾ ਹੈਗਾ, ਅਤੇ 1 ਸਾਈਡ 'ਤੇ ਰੱਖ ਦੇਣਾ ਇਹਨੂੰ। ਹੁਣ ਆਪਾਂ ਰੱਖਾਂਗੇ, ਬਾਕੀ ਦੀ ਤਿਆਰੀ ਕਰਾਂਗੇ ਉਦੋਂ ਤੱਕ, ਉਹਨੂੰ ਥੋੜ੍ਹਾ ਜਿਹਾ ਬੈਟਰ ਸੈੱਟ ਹੋ ਜਾਵੇ। ਇਹ ਕੜਾਹੀ, ਵੱਡੀ ਕੜਾਹੀ ਲੈ ਕੇ ਇਹਦੇ ਵਿੱਚ ਪਾਣੀ ਪਾ ਕੇ, ਅਤੇ 'ਚ ਰੱਖੂੰਗੀ 1 ਸਟੈਂਡ, ਪਾਣੀ ਪਾ ਕੇ ਇਹਦੇ ਵਿੱਚ ਸਟੈਂਡ ਰੱਖ ਕੇ ਇਹਨੂੰ ਟਾਕੇ ਗਰਮ ਕਰਨਾ ਰੱਖ ਦੇਣਾ ਆਪਾਂ, ਪਾਣੀ ਉਬਲ ਜਾਵੇ ਅਤੇ ਵਿੱਚ ਇਹਦੀ ਭਾਫ਼ ਚੰਗੀ ਤਰ੍ਹਾਂ ਇਕੱਠੀ ਹੋ ਜਾਵੇ। ਉੱਧਰ ਆਪਾਂ ਇਹਨੂੰ ਟੀਨ ਲਿਆ, ਕੇਕ ਵਾਲਾ ਟੀਨ ਲੈ ਲੈਣਾ ਤੁਸੀਂ, ਕੋਈ ਹੋਰ ਭਾਂਡਾ ਤੁਹਾਨੂੰ ਜੋ ਵੀ ਹੈਗਾ ਤੁਹਾਡੇ ਕੋਲ ਲੈ ਲਓ, ਕੇਕ ਟੀਨ ਲਿਆਇਆ ਮੈਂ, ਇਹਦੇ 'ਚ ਸ਼ੇਪ ਵਧੀਆ ਆ ਜਾਂਦੀ ਹੈ। ਇਹਨੂੰ ਚੰਗੀ ਤਰ੍ਹਾਂ ਵਿੱਚੋਂ ਗਰੀਸ ਕਰ ਲੈਣਾ ਹੈ, ਤਾਂ ਜੋ ਢੋਕਲਾ ਵਿੱਚ ਨਾ ਚਿਪਕੇ, ਇਹਦੇ ਗਰੀਸ ਕਰਨਾ, ਇਹਨੂੰ ਸਾਈਡ 'ਤੇ ਰੱਖਿਆ। ਹੁਣ ਇਹ 'ਚ ਪਾਉਂਗੀ ਮੈਂ 1 ਚਮਚ, ਥੋੜ੍ਹਾ ਜਿਹਾ ਤੇਲ ਪਾਇਆ, ਤੇਲ ਮੈਂ ਪਹਿਲਾਂ ਭੁੱਲ ਗਈ ਸੀ ਪਾਉਣਾ, ਤੁਸੀਂ ਭੁੰਨਾ ਨਹੀਂ ਹੈਗਾ, ਪਹਿਲਾਂ ਪਾਉਂਦਾ ਚਾਹੇ ਮੈਂ, ਹੁਣ ਪਾਇਆ 1 ਚਮਚ, 1.5 ਕੁ ਚਮਚ ਪਾਇਆ ਟੀ ਮੈਂ ਰਿਫਾਇੰਡ ਵੱਲ ਦਾ, ਇਹਨਾਂ ਸੋਫਟ ਹੋ ਜਾਂਦਾ ਢੋਕਲਾ ਬਹੁਤ ਜ਼ਿਆਦਾ। ਇਸ ਤੋਂ ਬਾਅਦ ਮੈਂ ਪਾਉਂਗੀ ਇਹ 'ਚ 1 ਚਮਚ ਮਿੱਠਾ ਸੋਡਾ, ਬੇਕਿੰਗ ਸੋਡਾ ਜਿਹੜਾ ਆਪਾਂ ਘਰਾਂ 'ਚ ਰੱਖਦੇ ਹਾਂ, ਉਹ ਵੀ ਚਮਚ ਦੇ ਬਰਾਬਰ ਕਰਕੇ, ਬਸ ਉੱਪਰ ਤੱਕ ਨਹੀਂ ਭਰਨਾ ਹੈਗਾ। ਹੁਣ ਚੰਗੀ ਤਰ੍ਹਾਂ ਫੈਂਟ ਲੈਣਾ, ਹੁਣ ਇਹਨੂੰ 5-7 ਮਿੰਟ ਚੰਗੀ ਤਰ੍ਹਾਂ ਫੈਂਟਣਾ ਆ, ਪੂਰੀ ਏਅਰ ਇਹਦੇ ਵਿੱਚ ਆ ਜਾਵੇ ਔਰ ਪੂਰਾ ਫਲੱਫੀ ਹੋ ਜਾਵੇ। ਇਹ ਪੂਰਾ ਸਮਾਨ ਤਿਆਰ ਰੱਖਣਾ, ਨਾਲ ਦੀ ਨਾਲ ਇਹਨੂੰ ਆਪਾਂ ਉਹਦੇ ਵਿੱਚ ਰੱਖ ਦੇਣਾ ਆ, ਚੰਗੀ ਤਰ੍ਹਾਂ ਫੈਂਟ ਲਿਆ। ਦੇਖੋ ਬਹੁਤ ਸੋਹਣੀ ਕੰਸਿਸਟੈਂਸੀ ਹੋ ਗਈ ਇਹਦੀ। ਹੁਣ ਇਹਨੂੰ ਇਹਦੇ ਵਿੱਚ ਪਾ ਕੇ, ਕੇਕ ਟੀਨ ਵਿੱਚ ਪਾ ਕੇ ਫਟਾਫਟ 1 ਦਮ ਰੱਖ ਦੇਣਾ ਉਹਦੇ ਵਿੱਚ, ਦੇਰ ਨਹੀਂ ਲਾਉਣੀ ਹੈਗੀ ਹੁਣ ਆਪਾਂ ਨੇ, ਤਾਂ ਜੋ ਵਿੱਚ ਜਿਹੜੀ ਹਵਾ ਹੈਗੀ ਉੱਦਾਂ ਹੀ ਰਹੇ। ਪੂਰੀ ਵੀਡੀਓ ਅੰਤ ਤੱਕ ਦੇਖੋ ਅਤੇ ਨਾਲ ਧਿਆਨ ਨਾਲ ਸਾਰੀ ਵਿੱਚੋਂ ਸਕਿੱਪ ਨਾ ਕਰੋ, ਕਿਉਂਕਿ ਵਿੱਚੋਂ ਫਿਰ ਤੁਹਾਨੂੰ ਟਿਪਸ ਨਹੀਂ ਪਤਾ ਲੱਗਦੇ ਹੈਗੇ। ਇਹਨੂੰ ਹੁਣ ਆਪਾਂ ਰੱਖਤਾ ਵਿੱਚੋਂ ਦੇ, ਇਹ 15 ਮਿੰਟ ਤੱਕ ਤਾਂ ਬਿਲਕੁਲ ਨਹੀਂ ਖੋਲ੍ਹਣਾ ਹੈਗਾ ਆਪਾਂ ਇਹਨੂੰ, ਨਹੀਂ ਤਾਂ ਢੋਕਲਾ ਆਪਣਾ ਹੋ ਜੂਗਾ ਖਰਾਬ। ਜੇ ਆਪਾਂ ਖੋਲ੍ਹ ਕੇ ਇੱਕ ਵਾਰ ਦੇਖ ਲਿਆ ਤਾਂ ਸਾਰਾ ਸੁੰਗੜ ਜਾਂਦਾ, ਥੱਲੇ ਨੂੰ ਹੋ ਜਾਣਾ ਹੈ, ਇਸ ਕਰਕੇ ਪੂਰਾ ਇਹਨੂੰ ਰੈਗੂਲਰ ਸੇਕ ਚਾਹੀਦਾ ਆ। ਅਤੇ ਆ ਜਿਹੜੀ ਥੋੜ੍ਹੀ ਜਿਹੀ ਇਹਦੇ ਵਿੱਚ ਸ਼ੇਕ ਜੀ ਆ ਹੋਲ ਆ, ਮੈਂ ਇਹਦੇ ਵਿੱਚ ਆਟਾ ਲਾਤਾ ਉੱਤੇ, ਕਿਉਂਕਿ ਉਹਨੂੰ ਵੀ ਬੰਦ ਕਰਤਾ। 15 ਮਿੰਟ ਬਾਅਦ ਦੇਖਿਆ, ਦੇਖੋ ਢੋਕਲਾ ਕਾਫ਼ੀ ਤਿਆਰ ਹੋ ਗਿਆ, ਵਧੀਆ ਬਣ ਗਿਆ ਆ। ਇੱਕ ਵਾਰੀ ਮਾੜਾ ਜਿਹਾ ਖੋਲ੍ਹ ਕੇ ਦੇਖਿਆ ਸੀ 1 ਮਿੰਟ ਪਹਿਲਾਂ, ਉਸ ਤੋਂ ਬਾਅਦ 2 ਮਿੰਟ ਹੋਰ ਦਿੱਤੇ 15 ਮਿੰਟ ਤੋਂ ਬਾਅਦ,
15 मिनट तो पहला तो बिल्कुल नहीं खोलना है तुम इनू। हाँ देखो रेडी हो गया है, हम इन आप कड़ लाँगे बहर अतः ठंडा होने रख देंगे। अजे इन खोलना नहीं कड़ना नहीं, ठंडा करना है। उस तो उन्नी देर आप तड़का तैयार करते हैं, थोड़ा जि रिफाइंड ऑयल पाया मैं एक टेबल स्पून, थोड़ा जि गर्म करके चबाऊंगी मैं सरसों के बीज, राई ज सरों के बीज पाने हैं ब्लैक होंगे जोड़े, राई पा के थोड़ी क्रैकल हो जाए। बहुत ज़्यादा एकदम तेल नहीं गर्म करना क्योंकि फिर एकदम बुड़क जाती सारी तो बहुत ज़्यादा मुश्किल हो जाता अपन, करके थोड़े तेल जो कोसा जहाँ पाना शुरू कर देना। ये मिर्चा ने हरिया मिर्चा लंबिया लंबिया कट्टिया हुई ने तीन, और मैं थोड़े जे पाए करी पत्ते 10-12 चंगी तरह क्रैकल करके इन्हों थोड़ा ध्यान नाल करना क्योंकि बहुत ज़्यादा ये उछलते जो आप तेल में पाने थोड़ा साइड से रखना अपने आप को। हमें पाऊंगी मैं पानी, आप चाशनी तैयार करनी है तो उपर पाने ढोकले के खट्टा मिठा ढोकला होंगे या बहुत टेस्टी बनता है खट्टा मिठा जहा। अद्धा कप पानी का पाता, पौना कप पानी का पाना है, तो इस मैं पाती चीनी 2 चम्मच चीनी पाई आ, सॉरी 1 चम्मच ही पाई है मैं इस विच, तो पहला मैं ढोकले भी पाई सी ना तां करके। हम इन बॉयल कर लेना चंगी तरह, रिझ के थोड़ी यदि मात्रा घट जाए पानी थोड़ा चंगी तरह रिझ जाए उन्नी देर तक उधर ढोकला अपना ठंडा हो जाएगा। पानी रिझन लग गया होया है, चंगी तरह बॉयल कर लेना इनू। पानी की मात्रा थोड़ी घट गई है, 3/4 रह जाए यह बस, चौथा किस्सा जरा पानी सुक जाए, इन्ना ध्यान रखना। हम इन करता बंद, आप टोकले के उपर पा देंगे इन बिचो कढ लेना। टोकला बिल्कुल वधिया बन के अपना तैयार हो गया, देखो साइडां बिल्कुल छड़ती हुई ने, हम अपन ले लेंगे प्लेट के कर लेंगे। देखो एकदम फ्लफी शानदार जालीदार ढोकला, देखो कितना वधिया तैयार होया है, बहुत वधिया ढोकला बनया है, पूरी तरह फुल गया। छोटे छोटे टिप्स होंगे कि आप इन्हें खोलना नहीं, ठंडे छेड़ना नहीं है, नहीं तो ठंडा नहीं होंगे, वो छोटे छोटे तरीके ध्यान रखने हैं तो बहुत वधिया बनता है। देखो इन पीसा चु कट लाँगे आप, कलर भी बहुत सोहना है तो बने बहुत वधिया है, तुसी कटन लई देख सकते हो बिल्कुल फ्लफी बने है, कितना आराम नाल कट हो रहा है, बिल्कुल ब्रैड वर्गा ढोकल बने आ। इन पीसा च कट लेना जिस तरह मर्जी तुसी पीस जिवें तुहानू चंगे लगदे कट सकते हैं, वड्डे छोटे जिवें दिल करे। वड्डी करत ले लो, वड्डे चाकू नाल आराम नाल कटे जांदे, देखो सारे पीस मैं कट के उपर पा दूंगी मैं जी आप चाशनी तैयार की है, बिल्कुल माउथ वाटरिंग बहुत ही टेस्टी ढोकला बनया, बहुत ही जालीदार ते बिल्कुल फ्लफी परफेक्ट ढोकला तैयार अपना। देखो तुम जरूर बनाओ तो अपना ट्राई करो, और मैं एक्सपीरियंस अपना जरूर दसो कि तुहाडा किदां दा बनया है। मिलते हैं बहुत जल्दी नवी वीडियो दे नाल, चैनल जरूर सबसक्राइब कर लो। Bye-bye.